ਪਹਿਲਾ ਸਾਨੂੰ ਖਤ ਆਇਆ ਇਹ ਪਿੰਡ ਬੁਝਾਰਤਪੁਰ ਤੋਂ ਇਹ ਬੁਝਾਰਤਪੁਰ ਤੋਂ ਕੌਣ ਲਿਖਦੇ ਆ ਇਹ ਲਿਖਣ ਵਾਲੇ ਨੇ ਬੋਦੀ ਸ਼ਰਮਾ ਜੀ ਬੋਦੀ ਸ਼ਰਮਾ ਜੀ ਲਿਖਦੇ ਕੀ ਆ ਇਹ ਲਿਖਦੇ ਆ ਕਿ ਅਸਮਾਨ ਇਹਨਾ ਉੱਚਾ ਕਿਉਂ ਹੁੰਦਾ ਗੱਲ ਇਦਾਂ ਬੋਦੀ ਸ਼ਰਮਾ ਜੀ ਅਸਮਾਨ ਪਰਮਾਤਮਾ ਨੇ ਪਲੇਨ ਉਡਾਣ ਵਾਸਤੇ ਉੱਚਾ ਬਣਾਇਆ ਅਗਰ ਅਸਮਾਨ ਨੀਵਾ ਹੁੰਦਾ ਤਾਂ ਪਲੇਨ ਤਾਂ ਸਾਡੇ ਘਰਾਂ ਚ ਵੱਜਿਆ ਕਰਨੇ ਸੀ ਪਰਪੋ ਟੁਸ਼ਾ ਜੀ ਇਸ ਗੱਲ ਦਾ ਤਾਂ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਾ ਕਰ ਅੱਗੇ ਇਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪਲੇਨ ਇੰਨਾ ਵੱਡਾ ਹੁੰਦਾ ਪਰ ਇਹਨੂੰ ਰੰਗ ਕਿਵੇਂ ਕਰਦੇ ਆ ਪਲੇਨ ਜਦੋਂ ਬਹੁਤ ਉੱਪਰ ਉੱਡ ਜਾਂਦਾ ਤੇ ਛੋਟਾ ਜਿਹਾ ਹੋ ਜਾਂਦਾ ਆ ਉਦੋਂ ਇਹਨੂੰ ਬੁਰਸ਼ ਲੈ ਕੇ ਰੰਗ ਕਰਦੇ ਆ ਪੋਟੂ ਸ਼ਾਜੀ ਲੱਗਦਾ ਤੁਹਾਡੇ ਦਿਮਾਗ ਦੀ ਗੱਡੀ ਬਹੁਤ ਤੇਜ਼ ਤੁਰਦੀ ਆ ਮੇਰੇ ਕਹਿਣ ਦਾ ਮਤਲਬ ਤੁਹਾਨੂੰ ਗੱਲ ਬਹੁਤ ਜ਼ਿਆਦਾ ਹੀ ਫੁਰਦੀ ਆ ਇਹ ਕੁਦਰਤ ਦੀ ਮਿਹਰ ਹੈ ਖੈਰ ਅੱਗੇ ਇਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਜਿਹੜੀ ਬਿਜਲੀ ਆ ਇਹ ਰੱਸੀ ਵਿੱਚ ਦੀ ਕਿਉਂ ਨਹੀਂ ਲੰਘਦੀ ਐ ਗੱਲ ਇਦਾਂ ਬੋਦੀ ਸ਼ਰਮਾ ਜੀ ਜਿਹੜੀ ਬਿਜਲੀ ਆ ਇਹ ਰੱਸੀ ਵਿੱਚ ਲੰਘ ਸਕਦੀ ਆ ਤੁਸੀਂ ਰੱਸੀ ਮਾੜੀ ਜੀ ਗਿੱਲੀ ਕਰਕੇ ਦੇਖੋ ਪਰ ਪੋਟੂ ਸ਼ਾਜੀ ਇਸ ਗੱਲ ਦਾ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਅੱਗੇ ਇਹਨਾਂ ਨੇ ਸਾਨੂੰ ਸਵਾਲ ਲਿਖਿਆ ਕਿ ਪਹਿਲਾਂ ਇੱਕ ਕਹਾਵਤ ਹੁੰਦੀ ਸੀ ਕਿ ਰੁਪਈਏ ਨੂੰ ਰੁਪਈਆ ਖਿੱਚਦਾ ਇਹ ਵਾਕਿਆ ਕਹਾਵਤ ਠੀਕ ਹੈ ਇਹ ਮੈਨੂੰ ਪਹਿਲਾਂ ਦੀ ਇੱਕ ਕਹਾਵਤ ਦਾ ਪਤਾ ਨਹੀਂ ਪਰ ਹੁਣ ਪੰਜਾਬ ਨੂੰ ਦੇਖ ਕੇ ਇਦਾਂ ਲੱਗਦਾ ਕਿ ਭਈਏ ਨੂੰ ਭਈਆ ਖਿੱਚਦਾ ਪਟੂਸ਼ਾ ਜੀ ਨੇ ਨੇ ਲਾਸਟ ਸਾਨੂੰ ਸਵਾਲ ਕੀਤਾ ਕਿ ਅਸੀਂ ਸੂਰਜ ਦੇ ਉੱਪਰ ਆਪਣਾ ਘਰ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਤੁਸੀਂ ਦੱਸੋ ਸਾਨੂੰ ਸੂਰਜ ਤੇ ਘਰ ਬਣਾਉਣ ਦਾ ਕੀ ਫਾਇਦਾ ਤੇ ਕੀ ਨੁਕਸਾਨ ਹੋਊਗਾ ਗੱਲ ਇਦਾਂ ਚਾਰਲੀ ਜੀ ਜੀ ਇਹਨਾਂ ਨੇ ਸੂਰਜ ਤੇ ਆਪਣਾ ਘਰ ਬਣਾ ਲਿਆ ਤੇ ਇਹਨਾਂ ਨੇ ਘਰੇਲੂ ਗੈਸ ਦੇ ਪੈਸੇ ਬਚਾ ਲਿਆ ਕਰਨੇ ਆ ਉਹ ਕਿਦਾਂ ਕਿਉਂਕਿ ਸੂਰਜ ਤੇ ਹਰ ਵੇਲੇ ਤਪਦਾ ਹੁੰਦਾ ਇਹਨਾਂ ਨੇ ਆਟਾ ਗੁੰਨ ਕੇ ਫੁਲਕੇ ਲਾ ਲਿਆ ਕਰਨੇ ਠੀਕ ਠੀਕ ਹੱਸ ਦੇ ਪਰ ਪੋਟੂ ਸ਼ਾ ਜੀ ਇਹ ਦੱਸੇਗਾ ਇਹਦਾ ਫਾਇਦਾ ਤੇ ਹੁਣ ਤੁਸੀਂ ਇਹਨਾਂ ਨੂੰ ਇਹਦਾ ਨੁਕਸਾਨ ਵੀ ਦੱਸੋ ਨੁਕਸਾਨ ਇਦਾਂ ਜੀ ਜੇ ਇਹਨਾਂ ਨੇ ਸੂਰਜ ਤੇ ਘਰ ਬਣਾ ਲਿਆ ਹਾਂ ਤੇ ਨਾ ਇਹਨਾਂ ਨੂੰ ਕਿਸੇ ਨੇ ਬੁਲਾਇਆ ਕਰਨਾ ਤੇ ਨਾ ਇਹਨਾਂ ਨੂੰ ਕਿਸੇ ਨੇ ਸੱਦਿਆ ਕਰਨਾ ਉਹ ਕੀ ਕਿਉਂਕਿ 6 ਵਜੇ ਤੋਂ ਬਾਅਦ ਸੂਰਜ ਨੇ ਡੁੱਬ ਜਾ ਕਰਨਾ ਤੇ ਇਹਨਾਂ ਦਾ ਕਿਸੇ ਨੂੰ ਘਰ ਹੀ ਨਹੀਂ ਲੱਭਿਆ ਕਰਨਾ ਪਰ ਪੋਟੂਸ਼ਾ ਜੀ ਅਗਲਾ ਇਹਨਾਂ ਨੇ ਸਵਾਲ ਬਹੁਤ ਵਧੀਆ ਕੀਤਾ ਹੈ ਇਹ ਕਹਿੰਦੇ ਕਿ ਸਾਡੀ ਪੁਲਿਸ ਨੇ ਕੀ ਤਰੱਕੀ ਕੀਤੀ ਆ ਗੱਲ ਇਦਾਂ ਜੀ ਪੁਲਿਸ ਨੇ ਕੀ ਤਰੱਕੀ ਕੀਤੀ ਆ ਪਹਿਲਾਂ ਜਿਹੜੀ ਸਾਡੀ ਪੁਲਿਸ ਆ ਇਹ ਮੁਜ਼ਰਮਾਂ ਦੇ ਹੱਥ ਨਾ ਪਟੇ ਮਾਰਦੀ ਹੁੰਦੀ ਸੀ ਤੇ ਅੱਜ ਕੱਲ ਟੈਕਨੀਕਲ ਜੋਗਾ ਇਹਨਾਂ ਨੇ ਜਿਹੜੇ ਪਟਿਆ ਇਹ ਮੋਟਰਾਂ ਤੇ ਲਾ ਲਿਆ ਟੁਸ਼ਾ ਜੀ ਤੁਸੀਂ ਤਾਂ ਗੱਲ ਥੱਲੇ ਪੈਣ ਦਿੰਦੇ ਹੀ ਨਹੀਂ ਅੱਗੇ ਇਹਨਾਂ ਨੇ ਸਵਾਲ ਸਾਨੂੰ ਕੀਤਾ ਹੈ ਕਿ ਤਾਰੇ ਜਿਹੜੇ ਰਾਤ ਨੂੰ ਨਿਕਲਦੇ ਆ ਤੇ ਅਸੀਂ ਤਾਰੇ ਦਿਨ ਨੂੰ ਦੇਖਣਾ ਚਾਹੁੰਦੇ ਆ ਦੱਸੋ ਅਸੀਂ ਕੀ ਕਰੀਏ ਦੇਖੋ ਜੀ ਇਹ ਕੁਦਰਤ ਦਾ ਸੂਲ ਹੈ ਤਾਰੇ ਜਿਹੜੇ ਤਾਂ ਰਾਤ ਨੂੰ ਨਿਕਲਣਗੇ ਪਰ ਜੇ ਤੁਸੀਂ ਤਾਰੇ ਦਿਨ ਨੂੰ ਦੇਖਣਾ ਚਾਹੁੰਦੇ ਆ ਫਿਰ ਇਦਾਂ ਕਰੋ ਤੁਸੀਂ ਪੁਲਿਸ ਮਹਿਕਮੇ ਨਾਲ ਸੰਪਰਕ ਕਰੋ ਕਿਉਂਕਿ ਇੱਕ ਪੁਲਿਸ ਮਹਿਕਮਾ ਹੈ ਇਦਾਂ ਦਾ ਜਿਹੜੇ ਦਿਨ ਨੂੰ ਤਾਰੇ ਦਿਖਾ ਸਕਦਾ ਪਟੂ ਸ਼ਾ ਜੀ ਉਹ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੁਸੀਂ ਕਿਹੜੇ ਸਕੂਲ ਚ ਪੜਦੇ ਰਹੇ ਹੋ ਜਿਹੜੇ ਇਤਾਂ ਦੇ ਸਵਾਲ ਘੜ ਘੜ ਕੇ ਜਵਾਬ ਦੇ ਰਹੇ ਹੋ ਖੈਰ ਇਹਨਾਂ ਨੇ ਸਾਨੂੰ ਅੱਗੇ ਸਵਾਲ ਕੀਤਾ ਕਿ ਜਿਹੜੀਆਂ ਚੌਕਾਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਇਹ ਲਾਈਟਾਂ ਕੌਣ ਲਗਵਾਉਂਦਾ ਇਹ ਚੌਕਾਂ ਚ ਜਿਹੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਜੀ ਇਹ ਪੁਲਿਸ ਵਾਲੇ ਆਪ ਹੀ ਲਵਾਉਂਦੇ ਆ ਉਹ ਕਿਉਂ ਕਿਉਂਕਿ ਜਦੋਂ ਲਾਈਟਾਂ ਨਹੀਂ ਸੀ ਚੌਕ ਵਿੱਚ ਹੁੰਦੀਆਂ ਤਾਂ ਜਿਹੜੀ ਪਬਲਿਕ ਹੈ ਇਹ ਪੁਲਿਸ ਨੂੰ 100 ਰੁਪਏ ਦੇ ਭਲੇਖੇ 10 ਰੁਪਏ ਦੇ ਕੇ ਭੱਜ ਜਾਂਦੀ ਸੀ ਠੀਕ ਕੀ ਰੋ ਹੱਸ ਦੇ ਪਰ ਪੋਟੂ ਸ਼ਾ ਜੀ ਜਿਹੜਾ ਇਹਨਾਂ ਨੇ ਸਾਨੂੰ ਅਗਲਾ ਸਵਾਲ ਲਿਖਿਆ ਇਹ ਲਿਖਦੇ ਨੇ ਕਿ ਜਦੋਂ ਕਿਤੇ ਬਾਰਦਾਤ ਹੋ ਜਾਂਦੀ ਆ ਅੱਛਾ ਤੇ ਪੁਲਿਸ ਵਾਲੇ ਉੱਥੇ ਟਾਈਮ ਤੋਂ ਬਾਅਦ ਕਿਉਂ ਪਹੁੰਚਦੇ ਨੇ ਗੱਲ ਇਦਾਂ ਜੀ ਇਹਦੇ ਵਿੱਚ ਪੁਲਿਸ ਦਾ ਕੋਈ ਕਸੂਰ ਨਹੀਂ ਆ ਦਰਸਲ ਤੁਹਾਨੂੰ ਪਤਾ ਜਿਹੜੀ ਪੁਲਿਸ ਦੀ ਡਿਊਟੀ ਆ ਇਹ ਲੀਡਰਾਂ ਦੇ ਨਾਲ ਅਕਸਰ ਲੱਗੀ ਹੁੰਦੀ ਆ اے لیڈر ہمیشہ لیٹ ہی پہنچ دیا اس ਕਰਕੇ پولیس ਨੂੰ ਵੀ ਵਾਰਦਾਤੇ ਲੇਟ ਪਹੁੰਚਣ ਦੀ ਆਦਤ ਪੈ ਗਈ ਆ او ਪਟੂ شاہ جی چلو ਛੱਡو اگلا خط ਜਿਹੜਾ ਸਾਨੂੰ ਆਇਆ ਏ ਇਹ ਆਇਆ ਏ ਪਿੰਡ ਧੱਕੇਸ਼ਾਈ ਤੋਂ ਧੱਕੇਸ਼ਾਈ ਤੋਂ دیکھیو ਕਿਤੇ ਇਹ ਮੈਨੂੰ ਤਾਂ ਨਹੀਂ ਧੱਕੇ ਮਾਰੇ ਖਾਤੇ ਨਹੀਂ نہیں ਇਦਾਂ ਦੀ ਗੱਲ ਨਹੀਂ ਇਹ ਲਿਖਣ ਵਾਲੇ ਨੇ ਕਸਨ ਲਾਲ ਜੀ ਕਸਨ ਲਾਲ ਜੀ ਕੈਸੀ ਕੈਸੀ ਬੰਦੀ ਲਿਖਦੀ ਐ ਕੀ ਲਿਖਦੀ ਐ ਇਹ ਲਿਖਦੀ ਐ ਕਿ ਸਾਡਾ ਜਿਹੜਾ ਨੌਕਰ ਆ ਉਹ ਸਾਰਾ ਦਿਨ ਮਕਾਨ ਦੀ ਛੱਤ ਤੇ ਚੜਦਾ ਉਤਰਦਾ ਰਹਿੰਦਾ ਤੇ ਦੱਸੋ ਅਸੀਂ ਕੀ ਕਰੀਏ ਅੱਛਾ ਜੇ ਤੁਹਾਡਾ ਨੌਕਰ ਸਾਰਾ ਦਿਨ ਮਕਾਨ ਦੀ ਛੱਤ ਤੇ ਚੜਦਾ ਉਤਰਦਾ ਰਹਿੰਦਾ ਤੇ ਤੁਸੀਂ ਫਿਰ ਇਦਾਂ ਕਰੋ ਜਦੋਂ ਕੋਠੇ ਚੜੇ ਚੁੱਪ ਕਰਕੇ ਪੌੜੀ ਲਾ ਦਿਓ ਤਾਂ ਜੇ ਨੌਕਰ ਫਿਰ ਵੀ ਨਾ ਚੜਨੋਂ ਹਟੇ ਫਿਰ ਤੇ ਫਿਰ ਤੁਸੀਂ ਬਲਡੋਜ਼ਰ ਮੰਗਾ ਕੇ ਆਪਣਾ ਮਕਾਨ ਹੀ ਢਾ ਦਿਓ ਸ਼ਾਜਕ ਸੁਨ ਲਾਲ ਜੀ ਇੱਕ ਬਹੁਤ ਵਧੀਆ ਸਵਾਲ ਲਿਖਦੇ ਨੇ ਉਹ ਲਿਖਦੇ ਨੇ ਕਿ ਜਿਹੜੀ ਘਰੇਲੂ ਗੈਸ ਆ ਜੇਕਰ ਇਹਦੀਆਂ ਪਾਈਪਾਂ ਬਿਛਾ ਦਿੱਤੀਆਂ ਜਾਣ ਤੇ ਫਿਰ ਸਾਨੂੰ ਇਹਦਾ ਕੀ ਫਾਇਦਾ ਹੋਊਗਾ ਫਿਰ ਕੀ ਇਹਦਾ ਫਾਇਦਾ ਹੋਊਗਾ ਜੀ ਨੁਕਸਾਨ ਹੀ ਹੋਊਗਾ ਜੇ ਘਰੇਲੂ ਗੈਸ ਦੀਆਂ ਪਾਈਪਾਂ ਬਿਛ ਗਈਆਂ ਤੇ ਲੋਕਾਂ ਨੇ ਫਿਰ ਘਰੇਲੂ ਗੈਸ ਦੀਆਂ ਪਾਈਪਾਂ ਤੇ ਕੁੰਡੀ ਪਾ ਲਿਆ ਕਰਨੀ ਆ ਤੇ ਆਪਣੇ ਘਰ ਦੀ ਰੋਟੀ ਤੇ ਸਬਜ਼ੀ ਬਣਾ ਲਿਆ ਕਰਨੀ ਉਹ ਸ਼ਾਹ ਜੀ ਛੱਡੋ ਇਹ ਨਾ ਗੱਲਾਂ ਨੂੰ ਅੱਗੇ ਇਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ ਹੈ ਕੀ ਕੀਤਾ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਨੌਕਰ ਆ ਉਹ ਸਿਲੰਡਰ ਦੀ ਖਪਤ ਬਹੁਤ ਕਰਦਾ ਯਾਨੀ ਕਿ ਸਾਡਾ ਸਿਲੰਡਰ ਛੇਤੀ ਖਤਮ ਹੋ ਜਾਂਦਾ ਦੱਸੋ ਅਸੀਂ ਕੀ ਕਰੀਏ ਤੁਸੀਂ ਕੁਝ ਨਾ ਕਰੋ ਆਪਣੇ ਨੌਕਰ ਦਾ ਧਿਆਨ ਰੱਖੋ ਇਤੂ ਸਵੇਰੇ ਚਾਹ ਦੀ ਥਾਂ ਗੈਸ ਹੀ ਤਾਂ ਨਹੀਂ ਪੀ ਜਾਂਦਾ ਫੋਟੋ ਸ਼ਾਹੀ ਜੀ ਨੇ ਸਾਨੂੰ ਲਾਸਟ ਵਿੱਚ ਇੱਕ ਬਹੁਤ ਵਧੀਆ ਸਵਾਲ ਕੀਤਾ ਅੱਛਾ ਕੀ ਕੀਤਾ ਇਹ ਕਹਿੰਦੇ ਜਿਨ੍ਹਾਂ ਦੀਆਂ ਗੱਡੀਆਂ ਘਰੇਲੂ ਗੈਸ ਤੇ ਚੱਲਦੀਆਂ ਅੱਛਾ ਉਹਨਾਂ ਨੂੰ ਇਹਦਾ ਕੀ ਫਾਇਦਾ ਤੇ ਕੀ ਨੁਕਸਾਨ ਹੁੰਦਾ ਐ ਦੇਖੋ ਚਾਰਲੀ ਜੀ ਮੈਨੂੰ ਕਿਸੇ ਦਾ ਤੇ ਪਤਾ ਨਹੀਂ ਮੇਰੀ ਆਪਣੀ ਗੱਡੀ ਜਿਹੜੀ ਗੈਸ ਤੇ ਆ ਅੱਛਾ ਆ ਥੋੜੇ ਦਿਨ ਪਹਿਲਾਂ ਮੇਰੀ ਕਿਤੇ ਵਾਈਫ ਰਸੋਈ ਦੇ ਵਿੱਚ ਸਬਜ਼ੀ ਨੂੰ ਤੜਕਾ ਲਾਉਂਦੀ ਪਈ ਤੇ ਫਿਰ ਕੀ ਹੋਇਆ ਮੈਂ ਥੱਲੇੋਂ ਸਿਲੰਡਰ ਕੱਢਿਆ ਤੇ ਗੱਡੀ ਨੂੰ ਲਾ ਕੇ ਗੱਡੀ ਲੈ ਗਿਆ ਅੱਛਾ ਤੇ ਜਦੋਂ ਮੈਂ ਫਸਾਇਆ ਮੇਰੀ ਵਾਈਫ ਮੈਨੂੰ ਗੁੱਸੇ ਹੋਣ ਲੱਗੀ ਉਹ ਕਿਉਂ ਕਹਿੰਦੀ ਤੁਹਾਨੂੰ ਪਤਾ ਨਹੀਂ ਮੈਂ ਤੜਕਾ ਲਾਣੀ ਪਈ ਐ ਮੈਂ ਹਲੇ ਪਿਆਜ਼ ਪਾਣੇ ਤੇ ਸਿੰਲੰਡਰ ਕੱਢ ਕੇ ਲੈ ਗਏ ਤਾਂ ਫਿਰ ਤੁਸੀਂ ਕੀ ਕਿਹਾ ਮੈਂ ਕਿਹਾ ਗੁੱਸੇ ਨਾ ਹੋ ਮੈਂ ਵੀ ਤਾਂ ਗੱਡੀ ਲੈ ਕੇ ਪਿਆਜ਼ ਲੈਣ ਹੀ ਗਿਆ ਸੀ ਦੇਖ ਕੇ ਰੌ ਹੱਸਦੇ ਦੇਖ ਕੇ ਰੌ ਹੱਸਦੇ ਚੈਨਲ ਪੰਜਾਬ ਸ਼ਾਨ ਪੰਜਾਬ ਦੀ